ਇਹ ਢੱਕਣ ਦੀ ਕੀਮਤ 15 ਤੋਂ ਲੈ ਕੇ 35 ਲੱਖ ਦੀ ਕੀਮਤ ਹੈ। ਜਦੋਂ ਇਹ ਚੰਡੀਗੜ੍ਹ ਵਸਿਆ ਸੀ ਉਸ ਸਮੇਂ ਦਾ ਇਹ ਢੱਕਣ ਹੈਗਾ। ਢੱਕਣ ਦੇ ਉੱਤੇ ਚੰਡੀਗੜ੍ਹ ਲਿਖਿਆ ਹੋਇਆ ਔਰ ਪੂਰੇ ਚੰਡੀਗੜ੍ਹ ਦਾ ਨਕਸ਼ਾ ਬਣਿਆ ਹੋਇਆ। ਇਹ ਢੱਕਣ ਜਿਹੜੇ ਨੇ ਇਹ ਚੰਡੀਗੜ੍ਹ ਦੀ ਵਿਰਾਸਤ ਨੇ। ਖਬਰਾਂ ਤੁਸੀਂ ਪੜ੍ਹੀਆਂ ਹੋਣਗੀਆਂ, ਦੇਖੀਆਂ ਵੀ ਸ਼ਾਇਦ ਹੋਣਗੀਆਂ ਕਿ ਢੱਕਣ ਚੰਡੀਗੜ੍ਹ ਦੇ ਵਿੱਚ ਚੋਰੀ ਹੋ ਰਿਹਾ, ਪਰ ਢੱਕਣ ਦੀ ਲੱਖਾਂ ਦੇ ਵਿੱਚ ਕੀਮਤ ਹੈਗੀ। ਸਤਿ ਸ਼੍ਰੀ ਅਕਾਲ, ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਜੈ ਵਰਮਾ। ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰੂੰਗਾ ਅਤੇ ਆਪਣੇ ਕੈਮਰਾਮੈਨ ਨੂੰ ਵੀ ਕਹੂੰਗਾ ਪਲੀਜ਼ ਇੱਕ ਤਸਵੀਰ ਜਿਹੜੀ ਹੈ ਇਹ ਦਿਖਾ ਦੇਣ ਜਿਹਦੇ ਉੱਤੇ ਇੱਥੇ ਆ ਕੇ। ਹਰਦੀਪ ਜੀ ਤਸਵੀਰ ਦਿਖਾ ਦਿਓ। ਇਹ ਇੱਕ ਢੱਕਣ ਦੀ ਤਸਵੀਰ ਹੈ ਔਰ ਇਹ ਢੱਕਣ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਢੱਕਣ ਦੇ ਉੱਤੇ ਬਣਿਆ ਕੀ ਹੋਇਆ। ਢੱਕਣ ਦੇ ਉੱਤੇ ਚੰਡੀਗੜ੍ਹ ਲਿਖਿਆ ਹੋਇਆ ਔਰ ਪੂਰੇ ਚੰਡੀਗੜ੍ਹ ਦਾ ਨਕਸ਼ਾ ਬਣਿਆ ਹੋਇਆ ਅਤੇ ਇਹ ਸੈਕਟਰਸ ਨੇ ਅਤੇ ਨਾਲ ਨਾਲ ਇਹ ਮੇਨ ਰੋਡ ਨੇ। ਇਹ ਪੂਰਾ ਚੰਡੀਗੜ੍ਹ ਦਾ ਜਿਹੜਾ ਮੈਪ ਹੈ ਉਹ ਇਸ ਢੱਕਣ ਦੇ ਉੱਤੇ ਦਿਖਾਇਆ ਹੋਇਆ ਔਰ ਜਦੋਂ ਇਹ ਚੰਡੀਗੜ੍ਹ ਵਸਿਆ ਸੀ ਉਸ ਸਮੇਂ ਦਾ ਇਹ ਢੱਕਣ ਹੈਗਾ। ਔਰ ਇਸ ਢੱਕਣ ਨੂੰ ਨਾਲ ਨਾਲ ਦੇਖਦੇ ਹੋਏ ਤੁਹਾਡੇ ਵੀ ਦਿਮਾਗ ਦੇ ਵਿੱਚ ਕਈ ਚੀਜ਼ਾਂ ਚੱਲ ਰਹੀਆਂ ਹੋਣਗੀਆਂ ਕਿ ਆਪਾਂ ਇਹ ਢੱਕਣ ਤੁਹਾਨੂੰ ਕਿਉਂ ਦਿਖਾ ਰਹੇ ਹਾਂ। ਤੁਸੀਂ ਸੋਚ ਸਕਦੇ ਹੋ ਉਸ ਢੱਕਣ ਦੀ ਕੀਮਤ ਕਿੰਨੀ ਹੋਊਗੀ। ਇਹ ਢੱਕਣ ਹਜ਼ਾਰਾਂ ਦਾ ਨਹੀਂ, ਇਹ ਢੱਕਣ ਦੀ ਕੀਮਤ ਲੱਖਾਂ ਦੇ ਵਿੱਚ ਹੈਗੀ ਹੈ। ਇਹ ਢੱਕਣ ਦੀ ਕੀਮਤ 15 ਤੋਂ ਲੈ ਕੇ 35 ਲੱਖ ਦੀ ਕੀਮਤ ਹੈ। ਮੈਂ ਮੁੜ ਤੋਂ ਤੁਹਾਨੂੰ ਦਿਖਾ ਦਿੰਦਾ ਕਿਉਂਕਿ ਜਦੋਂ ਮੈਂ 15 ਤੋਂ 35 ਲੱਖ ਕਿਹਾ ਸ਼ਾਇਦ ਤੁਹਾਡੇ ਮਨ ਦੇ ਵਿੱਚ ਡਾਊਟ ਆ ਗਿਆ ਹੋਵੇ, ਪਰ ਮੁੜ ਤੋਂ ਤਸਵੀਰ ਦਿਖਾ ਦਿੰਦੇ ਹਾਂ। ਸੁਖਨਾ ਲੇਕ, ਮੇਨ ਸੈਕਟਰਸ, ਮੱਧੇ ਮਾਰਗ, ਇਹ ਜੋ ਵੀ ਜਦੋਂ ਚੰਡੀਗੜ੍ਹ ਨੂੰ ਪਲੈਨਡ ਸਿਟੀ ਕਿਹਾ ਜਾਂਦਾ, ਜਦੋਂ ਚੰਡੀਗੜ੍ਹ ਨੂੰ ਪਲੈਨਡ ਕੀਤਾ ਗਿਆ ਉਸ ਤੋਂ ਬਾਅਦ ਵਸਾਇਆ ਗਿਆ ਅਤੇ ਇਹ ਢੱਕਣ ਜਿਹੜੇ ਨੇ ਔਰ ਇਹ ਉਸੀ ਸਮੇਂ ਦੇ ਢੱਕਣ ਨੇ ਔਰ ਇਹ ਢੱਕਣ ਜਿਹੜੇ ਨੇ ਹੈਰੀਟੇਜ ਢੱਕਣ ਨੇ ਔਰ ਚੰਡੀਗੜ੍ਹ ਦੀ ਵਿਰਾਸਤ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚੋਂ ਇੱਕ ਇਹ ਢੱਕਣ ਵੀ ਹੈਗੇ ਔਰ ਇਹਦੀ ਕੀਮਤ ਵਿਦੇਸ਼ਾਂ ਦੇ ਵਿੱਚ 15 ਲੱਖ ਤੋਂ 35 ਲੱਖ ਦੇ ਵਿੱਚ ਹੈਗੀ ਹੈ ਔਰ ਲੰਬੇ ਸਮੇਂ ਤੋਂ ਇਹ ਢੱਕਣ ਜਿਹੜੇ ਨੇ ਚੰਡੀਗੜ੍ਹ ਦੇ ਵਿੱਚੋਂ ਚੋਰੀ ਹੋ ਰਹੇ ਸੀਗੇ। ਹਾਲਾਂਕਿ ਖਬਰਾਂ ਤੁਸੀਂ ਪੜ੍ਹੀਆਂ ਹੋਣਗੀਆਂ, ਦੇਖੀਆਂ ਵੀ ਸ਼ਾਇਦ ਹੋਣਗੀਆਂ ਕਿ ਢੱਕਣ ਚੰਡੀਗੜ੍ਹ ਦੇ ਵਿੱਚ ਚੋਰੀ ਹੋ ਰਿਹਾ, ਪਰ ਢੱਕਣ ਦੀ ਲੱਖਾਂ ਦੇ ਵਿੱਚ ਕੀਮਤ ਹੈਗੀ ਹੈ। ਵਿਦੇਸ਼ਾਂ ਦੇ ਵਿੱਚ 15 ਤੋਂ 35 ਲੱਖ ਦੇ ਵਿੱਚ ਇਹਦੀ ਕੀਮਤ ਹੈਗੀ ਹੈ ਔਰ ਇਸ ਨੂੰ ਲੈ ਕੇ ਨਗਰ ਨਿਗਮ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਬਹਿਸ ਵੀ ਹੋਈ ਔਰ 75 ਲੱਖ ਦੀ ਕਿਹਾ ਗਿਆ ਕਿ ਢੱਕਣ ਨੂੰ ਲੈ ਕੇ 75 ਲੱਖ ਦੀ ਵੈਲਿਊ ਜਿਹੜੀ ਹੈਗੀ ਆ ਉਹ ਨਗਰ ਨਿਗਮ ਨੂੰ ਦਿੱਤੀ ਜਾਵੇ ਔਰ ਜਿਸ ਕਰਕੇ ਜਿਹੜੇ ਢੱਕਣ ਚੋਰੀ ਹੋਏ ਨੇ ਉਸਨੂੰ ਮੁੜ ਤੋਂ ਜਿਹੜਾ ਲਾਇਆ ਜਾਵੇ ਔਰ ਇਹ ਢੱਕਣ ਬਿਲਕੁਲ ਚੰਡੀਗੜ੍ਹ ਦੀ ਵੱਖ ਵੱਖ ਜਗ੍ਹਾਵਾਂ ਦੇ ਵਿੱਚ ਹੈਗੇ ਨੇ ਔਰ ਕਈ ਢੱਕਣ ਇਹ ਚੋਰੀ ਵੀ ਹੋ ਚੁੱਕੇ ਨੇ ਔਰ ਕਈ ਢੱਕਣ ਇੱਦਾਂ ਦੇ ਨੇ ਜਿਹੜੇ ਚੋਰੀ ਹੋਏ ਸੀਗੇ ਉਹ ਫੜੇ ਵੀ ਗਏ ਨੇ। ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀਗਾ, ਇਹ ਮਟਕਾ ਚੌਂਕ 'ਤੇ ਖੜ੍ਹੇ ਹੋਏ, ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਕੈਮਰਾ ਪੈਨ ਕਰ ਦੇਣ। ਮਟਕਾ ਚੌਂਕ 'ਤੇ ਖੜ੍ਹੇ ਹੋ ਔਰ ਰੋਡ ਦੇ ਬਿਲਕੁਲ ਵਿਚਕਾਰ ਇਹ ਢੱਕਣ ਨੇ। ਹੁਣ ਪਹਿਲਾਂ ਚੰਡੀਗੜ੍ਹ ਦੇ ਵਿੱਚ ਕਾਫੀ ਢੱਕਣ ਸੀਗੇ, ਹੁਣ ਲਗਾਤਾਰ ਜਿਹੜੀ ਚੋਰੀ ਦੀਆਂ ਵਾਰਦਾਤਾਂ ਨੇ ਚੰਡੀਗੜ੍ਹ ਦੇ ਵਿੱਚ ਹੋ ਰਹੀਆਂ, ਜਿਸ ਕਰਕੇ ਇਹ ਹੈਰੀਟੇਜ ਢੱਕਣ ਜਿਹੜੇ ਨੇ ਜਿਸ ਨੂੰ ਮੇਨ ਹੋਲ ਕਵਰ ਵੀ ਕਿਹਾ ਜਾਂਦਾ ਔਰ ਹੈਰੀਟੇਜ ਮੇਨ ਹੋਲ ਕਵਰ ਇਹਨੂੰ ਕਿਹਾ ਜਾਂਦਾ ਔਰ
ਇੱਕ ਆਬਰੂਜੀਏ ਵੱਲੋਂ ਡਿਜ਼ਾਈਨ ਜਿਹੜਾ ਉਹ ਕੀਤੇ ਗਏ ਸੀ, ਇਹਦੀ ਕੀਮਤ 15 to 35 lakh ਹੈ। ਔਰ ਹਾਲਾਂਕਿ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਔਰ ਕਿਹਾ ਜਾਂਦਾ ਕਿ ਢੱਕਣ ਚੋਰੀ ਹੋਇਆ, ਪਰ ਜਦੋਂ ਬਾਅਦ ਦੇ ਵਿੱਚ ਸਾਹਮਣੇ ਆਉਂਦਾ ਕਿ ਢੱਕਣ ਦੀ ਕੀਮਤ ਜਿਹੜੀ ਆ 15 to 35 lakh ਹੈ। ਹਾਲਾਂਕਿ ਢੱਕਣ ਚੋਰੀ ਕਰਨਾ ਇੱਕ ਵੱਡਾ ਜੁਰਮ ਨਹੀਂ ਹੈਗਾ, ਪਰ ਜਿਸ ਤਰ੍ਹਾਂ ਦੇ ਨਾਲ ਇਹਦੀ ਕੀਮਤ ਹੈ, ਉਸ ਕੀਮਤ ਨੂੰ ਲੈ ਕੇ ਲੱਗਦਾ ਕਿ ਇਹ ਢੱਕਣ ਜਿਹੜੇ ਨੇ ਇਹ ਚੰਡੀਗੜ੍ਹ ਦੀ ਵਿਰਾਸਤ ਨੇ। ਔਰ ਜਦੋਂ ਚੰਡੀਗੜ੍ਹ ਨੂੰ ਜਿਹੜਾ ਪਹਿਲਾਂ ਪਲੈਂਡ ਕੀਤਾ ਗਿਆ ਸੀਗਾ, ਚੰਡੀਗੜ੍ਹ ਨੂੰ ਪਲੈਂਡ ਸਿਟੀ ਕਿਹਾ ਜਾਂਦਾ, ਜਦੋਂ ਪਲੈਂਡ ਕੀਤਾ ਗਿਆ ਸੀ ਅਤੇ ਇਹ ਵੀ ਹੈਰੀਟੇਜ ਮੇਨ ਹੋਲ ਕਵਰ, ਇਹ ਚੰਡੀਗੜ੍ਹ ਦੀ ਵਿਰਾਸਤ ਜਿਹੜੀ ਹੈ ਇਸਨੂੰ ਕਿਹਾ ਜਾਂਦਾ। ਔਰ ਇਹ ਢੱਕਣ ਲਗਾਤਾਰ ਕਈ ਸਮੇਂ ਤੋਂ ਚੋਰੀ ਹੋ ਰਹੇ ਸੀਗੇ ਅਤੇ ਬੀਤੇ ਦਿਨਾਂ ਵੀ ਖਬਰਾਂ ਆਈਆਂ, ਹਾਲਾਂਕਿ ਉਹ ਚੋਰ ਫੜੇ ਗਏ ਨੇ ਅਤੇ ਵਿਦੇਸ਼ਾਂ ਦੇ ਵਿੱਚ ਇਹ ਢੱਕਣ ਦੀ ਲੱਖਾਂ ਦੀ ਕੀਮਤ ਹੈ। ਅਤੇ ਢੱਕਣ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ, ਸਾਨੂੰ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ।